ਇੱਥੇ ਪਹੁੰਚੇ ਹੋ ਬੇਟੇ ਦੀ ਡੈਡ ਬੋਡੀ ਲੈਣ ਵਾਸਤੇ ਕੀ ਕਹਿਣਾ ਚਾਹੋਗੇ ਸਰ ਇਸ ਵੇਲੇ ਕਹਿਣਾ ਡੈਡ ਬੋਡੀ ਲੈਣ ਪਹੁੰਚੇ ਬੇਟੇ ਨਾਲ ਕੀ ਮਕੀ ਕੀ ਸੋਚਿਆ ਸੀ ਔਰ ਕੀ ਹੋ ਰਿਹਾ ਵਾ ਸੋਚਿਆ ਸੀ ਬੜਾ ਹੋ ਕੇ ਵੀ ਸਾਡਾ ਸਹਾਰਾ ਬਣੂਗਾ ਯਾਨੀ ਕਿ ਇਹ ਹੁਣ ਆਹ ਕੰਮ ਹੋ ਗਿਆ ਦੁੱਖ ਹੋ ਰਿਹਾ ਵਾ ਬਣਾਉਣਾ ਕੀ ਚਾਹੁੰਦੇ ਸੀ ਉਹਨੂੰ ਨਹੀਂ ਤਾਂ ਬਣਾਉਣਾ ਚਾਹੁੰਦੇ ਵੀ ਕੰਮ ਕਰ ਕਰੇ ਆਪਣਾ ਯਾਨੀ ਕਿ ਸਾਡੇ ਸਾਡੀ ਦੇਖਭਾਲ ਕਰੇ ਹੋਰ ਕੀ ਕਹਿੰਦੇ ਕੀ ਸੁਪਨਾ ਦੇਖਿਆ ਸੀ ਉਹਦੇ ਵਾਸਤੇ ਬਸ ਕੰਮ ਕਾਰ ਕਰੇ ਜੀ ਯਾਨੀ ਕਿ ਆਪਣਾ ਯਾਨੀ ਕਿ ਰੋਟੀ ਪਾਣੀ ਸਾਡੇ ਲਈ ਦੇਖੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਹੁਣ ਇਸ ਵੇਲੇ ਕੀ ਕਹਿਣਾ ਚਾਹੁੰਗੇ ਹਾਲਾਤ ਦੇਖੋ ਜਾ ਕੇ ਘਰ ਦੇ ਮਕਾਨ ਟੁੱਟੇ ਪਏ ਆ ਉਸ ਰਸੋਈ ਟੁੱਟੀ ਪਈ ਆ ਰਹਿਣ ਲਈ ਕੁਛ ਹੈ ਨਹੀਂ ਬੇਟੇ ਨੇ ਤੁਹਾਡੇ ਵਾਸਤੇ ਕੁਛ ਨਹੀਂ ਕੀਤਾ ਹੈ ਨਹੀਂ ਤੁਹਾਡੇ ਵਾਸਤੇ ਬੇਟੇ ਨੇ ਕੁਛ ਨਹੀਂ ਕੀਤਾ ਕਿਹਾ ਜਾ ਰਿਹਾ ਕਿ ਉਹਨਾਂ ਨੇ ਬੜੀ ਜਗ੍ਹਾ 'ਤੇ ਬੜੇ ਜਗ੍ਹਾ ਤੋਂ ਫਰੋਤੀਆਂ ਮੰਗੀਆਂ ਬੜੇ ਜਗ੍ਹਾ ਤੋਂ ਮਕੀ ਕਈ ਐਸੇ ਕੰਮ ਕੀਤੇ ਨੇ ਜਿਹੜੇ ਕਿ ਸੁਣਨ ਯੋਗ ਨਹੀਂ ਸਾਡਾ ਤੁਸੀਂ ਘਰ ਜਾ ਕੇ ਦੇਖੋ ਪਤਾ ਲੱਗ ਜਾਣਾ ਤੁਹਾਨੂੰ ਘਰ ਜਾ ਕੇ ਘਰ ਦੇਖ ਕੇ ਪਤਾ ਲੱਗ ਜਾਂਦਾ ਭਾਅ ਜੀ ਕਿੱਦਾਂ ਦਾ ਘਰ ਤਾਂ ਐਨ ਟੁੱਟਿਆ ਪਿਆ ਜੀ ਤੁਸੀਂ ਉਹਨਾਂ ਦੇ ਮੈਂ ਉਹਨਾਂ ਦੇ ਚਾਚੇ ਦਾ ਬੇਟਾ ਜੀ ਸਰ ਕੀ ਲੱਗਦਾ ਕੀ ਹੈ ਕਿ ਕਿਉਂਕਿ ਜਿਸ ਤਰੀਕੇ ਨਾਲ ਇਨਕਾਊਂਟਰ ਹੋਇਆ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਬਕਾਇਦਾ ਜਵਾਬੀ ਫਾਇਰਿੰਗ ਕੀਤਾ ਪੁਲਿਸ ਦੇ ਉੱਤੇ ਪੁਲਿਸ ਦਾ ਇੱਕ ਮੁਲਾਜ਼ਮ ਇੰਜਰਡ ਹੋਇਆ ਹੈ ਭਾਅ ਜੀ ਦੱਸਾਂ ਕੀ ਗੱਲ ਹੈ ਜੇ ਆਪਾਂ ਕਹਿੰਦੇ ਹਾਂ ਇੱਦਾਂ ਵਾ ਉਹ ਇੱਦਾਂ ਨਹੀਂ ਸੀਗਾ ਜਿੱਦਾਂ ਆਪਣਾ ਜਿਹੜੇ ਗੈਂਗਸਟਰ ਕਹਿੰਦੇ ਆ ਤੁਸੀਂ ਗੈਂਗਸਟਰ ਹੁੰਦਾ ਘਰ ਪਹਿਲਾਂ ਬਣਾ ਬਣਾਉਂਦਾ ਉਹ ਘਰ ਤਾਂ ਉੱਥੇ ਰਹਿਣ ਜੋਗਾ ਨਹੀਂ ਗਾ ਜੀ ਇਹ ਆਮ ਲੜਾਈਆਂ ਦੇ ਵਿੱਚ ਹੁੰਦਾ ਜਾਂ ਨਹੀਂ ਇਹ ਲੜਾਈਆਂ ਲੋਕਾਂ ਦੀਆਂ ਲੜਾਈਆਂ ਜਾਂਦਾ ਹੁੰਦਾ ਸੀਗਾ ਪਹਿਲਾਂ ਠੀਕ ਹੈ ਜੀ ਕਹਿੰਦੇ 7 ਜਣਾਂ ਦਾ ਗਰੁੱਪ ਸੀਗਾ 7 ਜਣੇ ਰਲ ਕੇ ਇਹਨਾਂ ਨੇ ਇੱਕ ਪੂਰਾ ਗਰੁੱਪ ਬਣਾਇਆ ਸੀਗਾ ਔਰ ਉਸ ਉਹੀ 7 ਜਣੇ ਹੀ ਕਿਤੇ ਨਾ ਕਿਤੇ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਾਂ ਇੱਦਾਂ ਦੇ ਜਿਹੜੇ ਕਾਂਡ ਹੁੰਦੇ ਸੀਗੇ ਕਿਡਨੈਪਿੰਗ ਦੇ ਕਿਉਂਕਿ ਜਿਹੜਾ ਵਪਾਰੀ ਸੀਗਾ ਉਸ ਨੂੰ ਕਿਡਨੈਪ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹਨਾਂ ਦਾ ਸ਼ਮੂਲੀਅਤ ਕਹੀ ਜਾ ਰਹੀ ਹੈ ਭਾਅ ਜੀ ਗੱਲ ਦੱਸਾਂ ਕੀ ਆ ਇਹ ਇਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਪਤਾ ਅਫਸੋਸ ਹੋ ਰਿਹਾ ਹਾਂਜੀ ਭਰਾ ਦੇ ਇਸ ਕਾਰਨਾਮੇ ਤੋਂ ਅਫਸੋਸ ਹੋ ਰਿਹਾ ਹਾਂਜੀ ਹਾਂਜੀ ਕੀ ਨਜ਼ਰ ਆਇਆ ਵਾ ਇਹ ਫਾਇਰਿੰਗ 'ਚ ਕਿੱਥੇ ਕਿੰਨੀਆਂ ਗੋਲੀਆਂ ਲੱਗੀਆਂ ਕੀ ਥੋੜ੍ਹਾ ਬਹੁਤ ਇਹ ਜੀ ਜਿਵੇਂ ਦੇ ਅਖਬਾਰਾਂ 'ਚ ਆਏ ਸੀ ਕਿ ਇਨਕਾਊਂਟਰ ਦੇ ਵਿੱਚ 2 ਬੰਦਿਆਂ ਦੀ ਡੈਥ ਹੋਈ ਹੈ ਉਸ ਸੰਬੰਧੀ ਅੱਜ ਪੋਸਟਮਾਰਟਮ ਅਤੇ ਹੋਰ ਕਾਗਜ਼ੀ ਕਾਰਵਾਈ ਸੀ ਇਨਕੁਆਇਰੀ ਸ਼ੁਰੂ ਕਰ ਲਈ ਹੈ ਅਤੇ ਇਹ ਤਾਂ ਕਲੀਅਰ ਹੈ ਜੀ ਕਿ ਜੀ ਇਟਸ ਅ ਗਨਸ਼ਾਟ ਇੰਜਰੀ ਇਨਕਾਊਂਟਰ ਦੇ ਵਿੱਚ ਬਾਕੀ ਜੀ ਇਟਸ ਅ ਪਾਰਟ ਆਫ ਇਨਕੁਆਇਰੀ ਹੈ ਜੀ ਜਿਵੇਂ ਜਿਵੇਂ ਚੱਲਦਾ ਰਹੇਗਾ ਜੀ ਮੀਡੀਆ ਦੇ ਨਾਲ ਸਾਂਝਾ ਕਰ ਦਿੱਤਾ ਜਾਏਗਾ ਵੈਸੇ ਬੋਡੀ 'ਚ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਸ ਟਾਈਮ ਉਹ ਜੀ ਹਲੇ ਚੱਲ ਰਹੀ ਹੈ ਜੀ ਕਾਰਵਾਈ ਬੋਡੀ ਦੇ ਵਿੱਚੋਂ 1 ਗੋਲੀ ਹੀ ਮਿਲੀ ਹੈ ਬਾਕੀ ਐਂਟਰੀ ਐਕਸਿਡੈਂਟ ਰੂਲ ਕਾਫੀ ਹੈ ਥੈਂਕ ਯੂ ਟੋਟਲ ਕਿੰਨੀਆਂ ਗੋਲੀਆਂ ਲੱਗੀਆਂ ਨੇ ਕੁਝ ਪਤਾ ਲੱਗ ਪਾਇਆ ਥੈਂਕ ਯੂ ਜੀ ਸਰ ਪਾਰਟ ਆਫ ਇਨਕੁਆਇਰੀਜ਼ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤਾ ਜਾਵੇਗਾ ਠੀਕ ਹੈ ਜੀ ਕਿੰਨਾ ਟਾਈਮ ਲੱਗੇਗਾ ਸਰ ਕਦੋਂ ਤੱਕ ਹੋ ਜਾਏਗਾ ਕਲੀਅਰ ਇਹ ਸਾਡੀ ਕੋਸ਼ਿਸ਼ ਹੈ ਕਿ ਜਿੰਨੀ ਜਲਦੀ ਹੋ ਸਕੇ ਜੀ ਅਤੇ ਅਸੀਂ ਇਨਕੁਆਇਰੀ ਕੰਪਲੀਟ ਕਰ ਲਈ ਥੈਂਕ ਯੂ ਸਰ ਟੀਮ ਸਪੈਸ਼ਲ ਕੋਈ ਟੀਮ ਗਠਿਤ ਸਰ ਐਸਆਈਟੀ ਵੀ ਵਗੈਰਾ ਵੀ ਬਣਾਈ ਗਈ ਹੈ ਐਸਆਈਟੀ ਜੀ ਉਹ ਸਾਡੇ ਪੱਧਰ ਤੇ ਨਹੀਂ ਬਣਾਈ ਗਈ ਜੀ ਮੈਨੂੰ ਵੀ ਹੁਣੇ ਮੀਡੀਆ ਰਾਹੀਂ ਪਤਾ ਲੱਗਿਆ ਉਹ ਡੀਜੀਪੀ ਸਾਹਿਬ ਰਾਹੀਂ ਆਪਣੇ ਪ੍ਰੋਸੈਸ ਦੇਖਣ ਵਾਸਤੇ ਬਣਾਈ ਗਈ ਹੈ ਦਿਸ ਇਜ਼ ਅ ਪਾਰਟ ਆਫ ਮੈਜਿਸਟਰੀਅਲ ਇਨਕੁਆਇਰੀ ਜੀ ਠੀਕ ਹੈ ਸਰ ਥੈਂਕ ਯੂ ਕੋਈ ਸਪੈਸ਼ਲ ਟੀਮ ਤਾਂ ਨਹੀਂ ਹੈਗੀ ਸਰ ਪੋਸਟਮਾਰਟਮ ਲਈ ਡਾਕਟਰਸ ਦੀ ਜਿਹੜੀ ਟੀਮ ਹੁੰਦੀ ਹੈ ਜੀ ਸਾਡੇ ਕੋਲ ਇੱਥੇ ਬੜੇ ਵਧੀਆ ਡਾਕਟਰ ਸਾਹਿਬਾਨ ਨੇ ਉਹਨਾਂ ਦੀ ਟੀਮ ਨੇ ਦੀ ਨਿਗਰਾਨੀ 'ਚ ਹੀ ਪੋਸਟਮਾਰਟਮ ਹੋਇਆ ਕਿੰਨੇ ਡਾਕਟਰ 2 ਡਾਕਟਰ ਸੀ ਥੈਂਕ ਯੂ